पिंड जसोवाल दे लोकां ने अपनियां मंगां नूं लै के डिपू होल्डर दे खिलाफ नारेबाजी कीती है। माचीवाड़ा साहिब तों कुछ ही दूर स्थित पिंड जसोवाल दे लोकां ने अपनियां मंगां नूं लै के डिपू होल्डर अते पंजाब सरकार खिलाफ नारेबाजी कीती है। लोकां दा कहना है कि डिपू होल्डर दा लाइसेंस रद्द हो चुका है, फिर भी ओह लोकां नूं कणक वंड रहा है अते जो कणक लैण लई पर्चियां कटियां जांदियां ने उहनां नूं हैरान ते परेशान कीता जा रहा है अते पिंड विच लोकां नूं कणक वी घट दित्ती जा रही है। अंबेडकर मिशन न्यूज़ चैनल माचीवाड़ा तों सुच्चा बंगड़ दे नाल गुरदेव सोहल दी खास रिपोर्ट। भाई जी की नाम है? मेरा नाम सुखविंदर सिंह है जी। केड़ा पिंड है? जसवाल दा रहण वाला जी। की मसला है भाई जी, कट दित्ता होया पिंड वासियां नूं? साडे पिंड दे विच देखो जी, जिहड़ी कणक आउंदी आ इहदे डिपू होल्डर ने जी सतनाम सिंह चढ़ौदी, ते इह जदों वी कणक लै के आउंदे ने जी, सब तों पहलां तां इह किसे दे निजी घर दे विच बैठ के उत्थे पर्चियां कटदे ने। पर्चियां कट्टण तों बाद जी इह फिर इधर आउंदे ने। इस बार जी कल दी कणक आई पई है जी। कल इन्हां दे कहण दे मुताबिक, सतनाम सिंह दे कहण दे मुताबिक जी, इन्हां दा जिहड़ा सीगी मशीन पर्ची कट्टण वाली, ओह मशीन खराब सीगी जी। चलो कल भी लोकी अपना दिहाड़ी टप्पा छड्ड के जी, सारा कुछ हणा जी, 500-700 दिहाड़ी करन वाले ने सारे, ओह कल भी अपना टाइम खराब कीता उन्हां ने, ते अज वी जी देखो ओह बीबियां ते साडे भाई सवेर तों 8 बजे तों इत्थे बैठे ने गुरद्वारा साहिब, ते ओह किसे दे निजी घर च बैठ के जी पर्चियां कट रहा। इस करके जिहड़े इधर लोग बैठे सीगे अपने काम कार छड्ड के, अपनी दिहाड़ी छड्ड के बैठे ने जी, ते उहनां दा इही कहना सीगा कि ਉਹ ਇੱਥੇ ਆਵੇ, ਸਾਂਝੀ ਜਗ੍ਹਾ ਤੇ ਆਵੇ, ਸਾਰਿਆਂ ਨੂੰ ਬਰਾਬਰ ਦਾ ਅਧਿਕਾਰ ਆ ਜੀ, ਸਾਰਿਆਂ ਨੂੰ ਬਰਾਬਰਤਾ ਨਾਲ ਮਿਲਣਾ ਚਾਹੀਦਾ, ਤੇ ਇਸ ਕਰਕੇ ਸਾਰਿਆਂ ਦੀ ਇਹੀ ਮੰਗ ਹੈ ਜੀ ਕਿ ਜੋ ਸਾਡੇ ਡਿਪੂ ਹੋਲਡਰ ਨੇ ਇਹਨਾਂ ਨੂੰ ਬਦਲਿਆ ਜਾਵੇ ਜੀ। ਇਹ ਹਰੇਕ ਵਾਰ ਕਿਸੇ ਦੇ ਨਿੱਜੀ ਘਰ ਦੇ ਵਿੱਚ ਬੈਠ ਕੇ ਹੀ ਪਰਚੀਆਂ ਕੱਟਦੇ ਨੇ। ਜਿਹੜਾ ਸਤਨਾਮ ਸਿੰਘ ਚੜੌਦੀ ਡਿਪੂ ਹੋਲਡਰ ਆ, ਇਹ ਕਿੰਨੇ ਸਾਲ ਤੋਂ ਪਿੰਡ ਦੇ ਵਿੱਚ ਕਣਕ ਵੰਡਣ ਆ ਰਿਹਾ? ਦੇਖੋ ਜੀ, 2-3 ਸਾਲ ਤੋਂ ਲਗਭਗ, ਮੇਰੇ ਮੁਤਾਬਕ ਜੀ, ਮੈਂ ਜਿੰਨਾ ਕੁ ਦੇਖ ਰਿਹਾ 2-3 ਸਾਲ ਤੋਂ, ਬਾਕੀ ਮੈਨੂੰ ਐਗਜੈਕਟ ਨਹੀਂ ਪਤਾ ਜੀ। ਇਹ ਆਪ ਹੀ ਆ ਰਿਹਾ ਜੀ ਕਿ ਨਾਲ ਕੋਈ ਹੋਰ ਵੀ ਆਉਂਦਾ ਹੁੰਦਾ ਸੀ ਵੰਡਣ? ਕੱਲਾ ਹੀ ਆਉਂਦੇ ਆ ਜੀ, ਬਾਕੀ ਤਾਂ 1 ਸਾਲ ਹੀ ਹੋਇਆ। ਹਾਂਜੀ, ਲੇਬਰ ਵਾਲੇ ਆਉਂਦੇ ਨਾਲ। ਤੇ ਜਦੋਂ ਕਹਿੰਦੇ ਪਿੰਡ ਦੇ ਨੇ, ਕਈ ਪਿੰਡ ਵਾਸੀਆਂ ਨੇ ਕਿਹਾ ਵੀ ਇਹਨਾਂ ਦਾ ਲਾਇਸੈਂਸ ਕੈਂਸਲ ਕੀਤਾ, ਲਾਇਸੈਂਸ ਕੈਂਸਲ ਕਰਨ ਦੇ ਬਾਵਜੂਦ ਵੀ ਇਹ ਕਣਕ ਵੰਡ ਰਿਹਾ, ਤੁਸੀਂ ਪ੍ਰਸ਼ਾਸਨ ਕੋਲ ਕਿਸੇ ਕੋਲ ਅਪੀਲ ਕੀਤੀ ਆ? ਦੇਖੋ ਜੀ, ਲਾਇਸੈਂਸ ਬਾਰੇ, ਇਸ ਬਾਰੇ ਮੈਨੂੰ ਹਲੇ ਕੋਈ ਜਾਣਕਾਰੀ ਨਹੀਂ ਹੈਗੀ ਜੀ, ਤੋ ਆਪਾਂ ਹਲੇ ਜਦ ਤੱਕ ਪੂਰੀ ਜਾਣਕਾਰੀ ਨਾ ਹੋਵੇ ਆਪਾਂ ਕੁਛ ਨਹੀਂ ਕਹਿ ਸਕਦੇ, ਤੇ ਬਾਕੀ ਅਸੀਂ ਪਤਾ ਕਰਾਂਗੇ ਕਿ ਇਹਨਾਂ ਦਾ ਜੇਕਰ ਲਾਇਸੈਂਸ ਕੈਂਸਲ ਵੀ ਹੋਇਆ ਤਾਂ ਉਹਤੇ ਬਣਦੀ ਕਾਰਵਾਈ ਕਰਵਾਵਾਂਗੇ ਜੀ। ਹਾਂਜੀ ਸਰ, ਕੀ ਨਾਮ ਹੈ ਜੀ? ਗੁਰਮੁਖ ਸਿੰਘ ਜੀ। ਸਰ, ਅੱਜ ਪਿੰਡ ਚ ਤੁਹਾਡੇ ਵੱਲੋਂ ਕੱਟ ਕੀਤਾ ਗਿਆ, ਕੀ ਕਰਨਾ ਜੀ ਇਹਦਾ? ਕੱਠ ਵੀਰੇ, ਸਾਡੇ ਪਿੰਡ ਤੋਂ ਮੜਕੇ ਕੱਲ ਸਤਨਾਮ ਸਿੰਘ ਜੋ ਚੜੌਦੀ ਡਿਪੂ ਹੋਲਡਰ ਆ ਜੀ, ਇਹ ਕਣਕ ਕੱਲ ਇੱਥੇ ਰੱਖ ਗਿਆ ਜੀ। ਉਹ ਕਹਿੰਦੇ ਚਲੋ ਕੱਲ ਕੁਛ ਤਕਨੀਕੀ ਕਾਰਨਾਂ ਕਰਕੇ ਮਸ਼ੀਨ ਨਹੀਂ ਚੱਲੀ ਜੀ, ਤੇ ਚਲੇ ਗਏ ਨੇ ਜੀ। ਅੱਜ ਸਵੇਰੇ ਇਹਨਾਂ ਨੂੰ 8 ਵਜੇ ਅਸੀਂ ਫੋਨ ਲਾਇਆ, 8:30-9 ਵਜੇ, ਤੇ ਇਹ ਕਹਿੰਦੇ ਵੀ ਅਸੀਂ ਆਵਾਂਗੇ ਅੱਜ। ਚਲੋ ਅਸੀਂ ਪਿੰਡ ਵਾਲਿਆਂ ਨੂੰ ਮੈਸੇਜ ਲਾਇਆ, ਭਾਈ ਅੱਜ ਕਣਕ ਮਿਲਣੀ ਆ, ਕਿਉਂਕਿ ਸਾਡੇ ਫਾਦਰ ਸਾਹਿਬ ਨਾ ਮੌਜੂਦਾ ਸਰਪੰਚ ਆ ਜੀ, ਫਾਦਰ ਸਾਹਿਬ ਮੌਜੂਦਾ ਸਰਪੰਚ ਨੇ, ਤੇ ਚਲੋ ਅਸੀਂ ਇਹ ਕਿਹਾ ਵੀ ਕਣਕ ਮਿਲੂਗੀ, ਵੀ ਨਾਲੇ ਪਰਚੇ ਕੱਟਣਗੇ। ਚਲੋ ਇਹ ਸਾਨੂੰ 10-10:30 ਵਜੇ ਫੋਨ ਆਇਆ ਵੀ ਕਹਿੰਦਾ ਇਹਦਾ ਪਿੰਡ ਦੇ ਵਿੱਚ ਆਇਆ ਹੋਇਆ, ਤੇ ਅਸੀਂ ਕਿਹਾ ਵੀ ਚਲੋ ਨਹੀਂ ਆਇਆ ਜੀ। ਚਲੋ ਸਾਡੇ ਕੋਈ ਬੰਦਾ ਮੈਨੂੰ ਨਾਲ ਲੈ ਕੇ ਗਿਆ ਜੀ, ਅਜੇ ਕਿਸੇ ਦੇ ਨਿੱਜੀ ਘਰੇ ਪਰਚੇ ਕੱਟ ਰਿਹਾ ਸੀ। ਜਦੋਂ ਜਾ ਕੇ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਵੀ ਭਾਜੀ ਉੱਧਰ ਤਾਂ ਆਪਣੇ ਸਾਰਾ ਪਿੰਡ ਸਾਂਝੀ ਜਗ੍ਹਾ ਤੇ ਹੈਗਾ, ਵੀ ਤੁਸੀਂ ਉੱਥੇ ਆਪਣਾ ਪਰਚੀਆਂ ਕੱਟੋ ਜੀ ਉੱਥੇ, ਯਾਨੀ ਕਿ ਉੱਥੇ ਹੋਰ ਸਾਨੂੰ ਉਲਟਾ ਸਾਡੇ ਭਾਈਚਾਰੇ ਨੂੰ ਲੜਾਉਣ ਲੱਗਿਆ ਜੀ। ਇਹ ਕਹਿੰਦਾ ਜੀ ਇਹ ਗਰੀਬ ਬੰਦੇ ਆ ਜੀ, ਤੇ ਮਤਲਬ ਇਹ ਬੰਦੇ ਨੇ ਗੇ ਜੀ। ਚਲੋ ਮੈਂ ਇਹਦੀਆਂ ਇਹ ਗੱਲਾਂ ਸੁਣ ਕੇ ਅਸੀਂ ਵਾਪਸ ਆ ਗਏ। ਚਲੋ ਅਸੀਂ ਤਾਂ ਪ੍ਰਸ਼ਾਸਨ ਨੂੰ ਇਹੀ ਅਪੀਲ ਕਰਦੇ ਹਾਂ ਵੀ ਸਾਡੇ ਤੇ ਵੀ ਸਾਨੂੰ ਇਸੇ ਡਿਪੂ ਹੋਲਡਰ ਨੂੰ ਬਦਲਿਆ ਜਾਵੇ, ਤੇ ਜਾ ਕੇ ਤਾਂ ਜੋ ਇਹ ਬੰਦਾ ਸਾਡੇ ਪਿੰਡ ਦੇ ਵਿੱਚ ਬਹੁਤ ਪਾਰਟੀਬਾਜ਼ੀ ਰੱਖਦਾ ਜੀ ਇਹ, ਤੇ ਸਾਡੇ ਭਾਈਚਾਰੇ ਲੜਾਉਣਾ ਚਾਹੁੰਦਾ ਜੀ। ਇਹਦੇ ਕਾਰਨ ਜੀ ਡਿਪੂ ਹੋਲਡਰ ਦੇ ਉੱਤੇ ਅਸੀਂ ਐਕਸ਼ਨ ਲਿਆ ਜੀ। ਇਹਨਾਂ ਨੇ ਮਤਲਬ ਕਿ ਸਾਨੂੰ ਬੜਾ ਪਰੇਸ਼ਾਨ ਕੀਤਾ ਹੋਇਆ, ਤੇ ਪਹਿਲੀ ਵਾਰ ਇਹ ਪਹਿਲਾਂ ਕਣਕ ਵੰਡਣ ਆਏ ਸੀਗੇ, ਤੇ ਇਹਨਾਂ ਨੇ 20-25 ਬੰਦਿਆਂ ਨੂੰ ਕਣਕ ਨਹੀਂ ਦਿੱਤੀ। ਇਹ ਵਾਪਸ ਲੈ ਗਏ ਕਣਕ ਮੋੜ ਕੇ, ਤਾਂ ਇਹ ਕਹਿਣ ਲੱਗੇ ਕਣਕ ਹੈ ਨਹੀਂ, ਤੇ ਅੱਜ ਜਦੋਂ ਅਸੀਂ ਐਕਸ਼ਨ ਲੈ ਲਿਆ ਤਾਂ ਇਹ ਕਹਿਣ ਲੱਗੇ, ਪਹਿਲੇ ਸੱਟੇ ਆ ਕੇ ਕਹਿੰਦੇ ਆ ਕਿ ਕਣਕ ਜਿਹੜੀ ਪੁਰਾਣੇ ਬੰਦੇ ਰਹਿੰਦੇ ਨੇ ਉਹ ਕਣਕ ਲੈ ਲਓ, ਤੇ ਹੁਣ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਉਹ ਕਣਕ ਹੁਣ ਕਿੱਥੋਂ ਆ ਗਈ। ਦੂਜੇ ਨੰਬਰ ਤੇ ਇਹ ਆ ਵੀ ਇਹ ਧੜੇਬਾਜ਼ੀ ਪਿੰਡ ਵਿੱਚ ਕਰ ਰਹੇ ਆ, ਆਪਸੀ ਵਿੱਚ ਲੜਾਉਣਾ ਚਾਹੁੰਦੇ ਆ, ਤੇ ਦੂਏ ਪਿੰਡ ਵਿੱਚ ਕਿਸੇ ਦੇ ਘਰ ਦੇ ਵਿੱਚ ਇਹ ਪਰਚੀਆਂ ਕੱਢਦੇ ਨੇ। ਸਵੇਰ ਤੋਂ ਇਹ 8 ਵਜੇ ਤੋਂ ਆਏ ਹੋਏ ਆ ਪਰਚੀਆਂ ਕੱਢਣ। ਇਹਨਾਂ ਨੂੰ ਅਸੀਂ ਇਹ ਕਹਿੰਦੇ ਕਿ ਤੁਸੀਂ ਸਾਂਝੀ ਜਗ੍ਹਾ ਦੇ ਵਿੱਚ ਆ ਕੇ ਪਰਚੀ ਕੱਢੋ। ਇੱਕ ਪਾਸੇ ਤਾਂ ਕਿਹਾ ਜਾਂਦਾ ਆਮ ਆਦਮੀ ਪਾਰਟੀ ਵੱਲੋਂ ਕਿ ਲੋਕਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਊਗਾ, ਘਰ ਘਰ ਦੇ ਵਿੱਚ ਰਾਸ਼ਨ ਪਹੁੰਚਾਇਆ ਜਾਊਗਾ, ਇੱਕ ਪਾਸੇ ਤੁਸੀਂ ਪਿੰਡ ਵਾਸੀ ਇਕੱਠੇ ਹੋਏ ਹੋ ਡਿਪੂ ਹੋਲਡਰ ਦੇ ਵਿਰੁੱਧ, ਕੀ ਕਹਿਣਾ ਚਾਹੋਗੇ? ਅਸੀਂ ਉਹੀ ਕਹਿਣੇ ਚਾਹੁੰਦੇ ਵੀ ਇਹਨਾਂ ਨੂੰ ਬਦਲ ਕੇ ਸਾਡੇ ਤੇ ਡਿਪੂ ਹੋਲਡਰ ਜਿਹੜਾ ਵਧੀਆ ਰੱਖਿਆ ਜਾਵੇ, ਸਾਨੂੰ ਟਾਈਮ ਸਿਰ ਜਿਹੜਾ ਰਾਸ਼ਨ ਆ ਉਹ ਵੰਡਿਆ ਜਾਵੇ। ਹਾਂਜੀ, ਕੀ ਨਾਮ ਹੈ ਜੀ? ਮੇਰਾ ਨਾਮ ਯਾਦਵਿੰਦਰ ਸਿੰਘ। ਕੀ ਅਹੁਦਾ ਤੇ ਹੋ ਤੁਸੀਂ? ਇੰਸਪੈਕਟਰ ਫੂਡ ਸਪਲਾਈ। ਸਰ, ਇੱਕ ਜੱਸੋਵਾਲ ਇਕੱਠ ਹੋਇਆ ਅੱਜ ਡਿਪੂ ਹੋਲਡਰ ਦੇ ਖਿਲਾਫ, ਸਤਨਾਮ ਸਿੰਘ ਦੇ ਚੜੌਦੀ ਦੇ ਖਿਲਾਫ, ਜੀ ਕੀ ਕਹਿਣਾ ਚਾਹੋਗੇ?
ਸਾਨੂੰ ਕੰਪਲੇਂਟ ਆਈ ਸੀ, ਸਾਨੂੰ ਫੋਨ ਆਇਆ ਕਿ ਇੱਥੇ ਕਣਕ ਜਿਹੜੀ ਹੈਗੀ ਹੈ ਕੋਈ ਪ੍ਰੋਬਲਮ ਆ, ਅਸੀਂ ਆ ਗਏ ਹਾਂ, ਕੰਪਲੇਂਟ ਦੱਸੋ ਸਾਨੂੰ, ਅਤੇ ਉਸ ਹਿਸਾਬ ਨਾਲ ਅਸੀਂ ਇੱਥੇ ਆ ਕੇ ਦੱਸਿਆ ਵੀ ਅਜੇ ਕਣਕ ਦਾ ਕੰਮ ਰੋਕਿਆ ਹੋਇਆ ਵਾ। ਅੱਛਾ ਜੀ, ਅਤੇ ਸਰ ਆਪਣੇ ਕੀ ਨਾਮ ਲੈਂਦੇ ਆ, ਇਹ ਨਾਲੇ ਇੱਕ ਕੰਪਲੇਂਟ ਮਿਲੀ ਹੈ ਵੀ ਜਿਹੜਾ ਸਤਨਾਮ ਸਿੰਘ ਚੜੌਦੀ ਡਿਪੂ ਹੋਲਡਰ ਆ ਜੀ, ਇਹਦਾ ਲਾਇਸੈਂਸ ਕੈਂਸਲ ਹੋਇਆ, ਲਾਇਸੈਂਸ ਕੈਂਸਲ ਹੋਣ ਦੇ ਬਾਵਜੂਦ ਵੀ ਇਹ ਕਣਕ ਬਣਦੇ ਨੇ, ਕਿਹੜੀ ਜੀ? ਇਹਨਾਂ ਦਾ ਲਾਇਸੈਂਸ ਕੈਂਸਲ ਹੋਇਆ ਜੀ। ਠੀਕ ਹੈ ਜੀ, ਇਹ ਲਾਇਸੈਂਸ ਕੈਂਸਲ ਹੋਣ ਦੇ ਬਾਵਜੂਦ ਵੀ ਇਹ ਕਣਕ ਵੰਡ ਰਹੇ ਨੇ? ਨਹੀਂ, ਸਾਨੂੰ ਕੋਈ ਕੰਪਲੇਂਟ ਨਹੀਂ ਇਹਦੇ ਸੰਬੰਧ, ਇਹਨਾਂ ਦੇ ਖਿਲਾਫ਼ ਲਾਇਸੈਂਸ ਕੈਂਸਲ ਹੋਇਆ ਹੋਇਆ ਜੀ ਇਹਦੇ ਖਿਲਾਫ਼ ਪਹਿਲਾਂ? ਨਹੀਂ, ਇਹਨਾਂ ਦਾ ਹੋਇਆ ਹੋਇਆ, ਜਿਹੜੀ ਸਾਨੂੰ ਕੋਈ ਇੱਦਾਂ ਦੀ ਕੰਪਲੇਂਟ ਨਹੀਂ ਆਈ ਹੈਗੀ ਵੀ ਲਾਇਸੈਂਸ ਕੈਂਸਲ ਹੋਇਆ, ਇਹਦੇ ਜਿਹੜੀ ਬਜਾਏ ਵੀ ਕਣਕ ਵੰਡ ਰਹੇ ਨੇ। ਜਿਹੜਾ ਉਰੇ ਉਰੇ ਹੁਣ ਪਿੰਡ ਵਾਸੀ ਕੀ ਮੰਗ ਕਰਦੇ ਨੇ ਤੁਹਾਡੇ ਕੋਲੋਂ ਜੀ? ਪਿੰਡ ਵਾਸੀਆਂ ਦੀ ਜੋ ਸਾਨੂੰ ਹੁਣੀ ਪਤਾ ਲੱਗਿਆ ਕਿ ਉਹ ਚਾਹੁੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਣਕ ਵੰਡਾਈ ਜਾਵੇ, ਅਸੀਂ ਉਹਨੂੰ ਕਹਿਤਾ ਡਿਪੂ ਹੋਲਡਰ ਨੂੰ ਭਾਈ ਗੁਰਦੁਆਰਾ ਸਾਹਿਬ 'ਚ ਕਣਕ ਵੰਡੋ। ਸਰ ਪਿੰਡ ਵਾਸੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਕੁਇੰਟਲ ਦੇ ਮਗਰ 9 ਕਿਲੋ ਤੋਂ 10 ਕਿਲੋ ਕਣਕ ਥੇਲਾ ਖੋਲ੍ਹ ਕੇ ਦਿੱਤੀ ਜਾ ਰਹੀ ਹੈ ਜੀ। ਉਹ ਬਿਲਕੁਲ ਗਲਤ ਹੈ ਜੀ, ਕਿ ਸਰਕਾਰ ਵੱਲੋਂ ਪਿੱਛੋਂ ਤੋਲ ਕੇ ਕਣਕ ਆ ਰਹੀ ਹੈ ਕਿ ਥੇਲਿਆਂ ਦੇ ਹਿਸਾਬ ਨਾਲ ਆ ਰਹੀ ਹੈ? ਤੋਲ ਕੇ ਆਈ ਹੈ ਕਣਕ, ਪਰ ਕੋਈ 9 ਕਿਲੋ ਘੱਟ ਨਹੀਂ, 30 ਕਿਲੋ ਪ੍ਰਤੀ ਮੈਂਬਰ। ਸਰ ਥੇਲੇ 'ਚ ਭਰਾਈ ਕਿੰਨੀ ਹੁੰਦੀ ਹੈ ਸਰ? 30 ਮੈਂਬਰ ਥੇਲੇ ਦੇ ਵਿੱਚ, ਇਹ ਹੈਗਾ ਜੀ ਥੇਲਾ ਪੂਰਾ ਦੇਣਾ ਹੁੰਦਾ, ਉਹਨਾਂ ਨੇ ਕੋਈ ਪਾੜ ਕੇ ਨਹੀਂ ਦੇਣਾ। ਸਰ ਉਹਦੇ ਵਿੱਚੋਂ 35 ਕਿਲੋ ਕਹਿ ਰਹੇ ਨੇ, ਕਈ 34 ਕਿਲੋ ਕਹਿ ਰਹੇ ਨੇ, ਪਰ ਉਹ 'ਚ ਚਾਰ ਤੋਂ ਪੰਜ ਕਿਲੋ ਕਣਕ ਕੱਢੀ ਜਾ ਰਹੀ ਵਿੱਚੋਂ ਦੇ। ਨਹੀਂ ਨਹੀਂ, ਤੁਸੀਂ ਤੋਲ ਕੇ ਦੇਖੋ ਨਾ ਉਹਨੂੰ ਥੇਲੇ ਨੂੰ। ਨਹੀਂ, ਉਹ ਜਾ ਕੇ ਚੱਕੀ ਦੇ ਜਾ ਕੇ ਕਿਸੇ ਬਾਹਰ ਜਾ ਕੇ ਤੋਲਿਆ ਜਾਂਦਾ, ਕੁਇੰਟਲ ਦੇ ਮਗਰ ਘੱਟ ਤੋਂ ਘੱਟ 10 ਕਿਲੋ ਦਾ ਫਰਕ ਆ ਰਿਹਾ ਜੀ। ਨਾਲ ਉਹ ਤੁਸੀਂ ਉਹਨੂੰ ਜਦੀ ਉਸ ਟਾਈਮ ਤੇ ਰੋਕੋ ਜੀ, ਸਾਨੂੰ ਦੱਸੋ, ਅਸੀਂ ਰੋਕ ਦਾਂਗੇ ਤਾਂ ਬੰਦ ਕਰਾਂਗੇ। ਨਹੀਂ, ਇਹ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਕਣਕ ਤੋਲ ਕੇ ਆ ਰਹੀ ਹੈ ਕਿ ਸਰ ਇਦਾਂ ਹੀ ਆ ਰਹੀ ਹੈ? ਕਣਕ ਪ੍ਰਤੀ ਥੈਲਾ ਆ ਰਹੀ ਹੈ, ਤੋਲ ਕੇ ਵੀ ਆਉਂਦੀ ਆ, 30 ਕਿਲੋ ਪੂਰੀਆਂ ਆਉਂਦੀ ਹੈ ਜੀ। ਜਿਹੜਾ ਜੱਸੋਵਾਲ ਦਾ ਲਾਇਸੈਂਸ ਕਿਹਦੇ ਨਾਮ ਤੇ ਆ ਜੀ? ਜੱਸੋਵਾਲ ਦਾ ਜੀ। ਹਾਂਜੀ, ਆ ਡਿਪੂ ਜਸਵੀਰ ਕੌਰ ਦੇ ਨਾਮ ਤੇ, ਜਸਵੀਰ ਸਿੰਘ। ਹਾਂਜੀ, ਤੇ ਜਸਵੀਰ ਸਿੰਘ ਦੀ ਜਗ੍ਹਾ ਡਿਪੂ ਹੋਲਡਰ ਸਤਨਾਮ ਸਿੰਘ ਕਿਉਂ ਵੰਡ ਰਿਹਾ ਜੀ? ਜਸਵੀਰ ਸਿੰਘ ਕਿੱਥੇ ਨੇ ਭਾਈ? ਸਾਡੇ ਕੋਈ ਧਿਆਨ ਚ ਇੱਦਾਂ ਦੀ ਨਹੀਂ ਆਈ ਹੈਗੀ, ਪਹਿਲਾਂ ਕਿਸੇ ਨੇ ਕੰਪਲੇਂਟ ਨਹੀਂ ਲੈ ਕੇ ਆਉਂਦੀ ਸਾਡੇ ਧਿਆਨ ਚ।